ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਸਾਰਿਆਂ ਦੇ ਨਾਲ ਇੱਕ ਵਿਚਾਰ ਸਾਂਝੀ ਕਰਨੀ ਚਾਹੁੰਦਾ। ਮੇਰਾ ਮੁੱਖ ਜਿਹੜਾ ਟਾਈਟਲ ਹੈ ਕਿ ਕਿਸਾਨਾਂ ਦੇ ਨਾਲ ਵਿਦਿਆਰਥੀ ਵਰਗ ਵੀ ਖੁਦਕੁਸ਼ੀਆਂ ਦੇ ਰਾਹ 'ਤੇ, ਸੁਸਾਈਡ ਦੇ ਰਾਹ 'ਤੇ, ਆਤਮ ਹੱਤਿਆਵਾਂ ਦੇ ਰਾਹ 'ਤੇ। ਪੰਜਾਬ ਸਕੂਲ ਐਜੂਕੇਸ਼ਨ ਬੋਰਡ, CBSE ਅਤੇ ਹੋਰ ਐਜੂਕੇਸ਼ਨਲ ਜਿਹੜੇ ਬੋਰਡ ਨੇ, ਉਹਨਾਂ ਦੇ 10th ਅਤੇ ਪਲੱਸ 2 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਨਤੀਜੇ ਐਲਾਨ ਹੋਣ ਤੋਂ ਬਾਅਦ ਪ੍ਰਥਮ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਹਰ ਪਾਸੇ ਖੁਸ਼ੀਆਂ ਭਰਿਆ ਮਾਹੌਲ ਹੈ। ਢੋਲ ਢਮੱਕਿਆਂ ਦੇ ਨਾਲ ਖੁਸ਼ੀਆਂ ਦਾ ਇਜ਼ਹਾਰ ਘਰਾਂ ਦੇ ਵਿਹੜਿਆਂ 'ਚ ਅਤੇ ਸਕੂਲਾਂ ਦੇ ਕੈਂਪਸ ਦੇ ਅੰਦਰ ਕੀਤਾ ਜਾ ਰਿਹਾ ਹੈ। ਫੇਲ ਹੋਣ ਵਾਲੇ ਅਤੇ ਘੱਟ ਨੰਬਰ ਪ੍ਰਾਪਤ ਕਰਨ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਇਹ ਸਿਲਸਿਲਾ ਹਰ ਸਾਲ ਇੰਝ ਹੀ ਚੱਲਦਾ ਹੈ। ਇਸ ਵਾਰ ਵੀ ਰੋਜ਼ਾਨਾ ਕਿਤੇ ਨਾ ਕਿਤੇ ਵਿਦਿਆਰਥੀਆਂ ਦੀਆਂ ਆਤਮ ਹੱਤਿਆਵਾਂ ਦੀਆਂ ਖਬਰਾਂ ਆ ਰਹੀਆਂ ਹਨ। ਪਿਛਲੇ ਵਰ੍ਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 10th ਕਲਾਸ ਦਾ ਰਿਜ਼ਲਟ ਆਇਆ, ਹਰ ਦੂਜਾ ਬੱਚਾ ਫੇਲ ਹੋ ਗਿਆ। ਮਤਲਬ 55% ਰਿਜ਼ਲਟ ਸੀ। 100 ਤੋਂ ਵੱਧ ਵਿਦਿਆਰਥੀਆਂ ਦੀਆਂ ਆਤਮ ਹੱਤਿਆਵਾਂ ਦੀਆਂ ਖਬਰਾਂ ਮੈਂ ਖੁਦ ਪੰਜਾਬੀ ਦੀਆਂ ਵੱਖ ਵੱਖ ਅਖਬਾਰਾਂ ਵਿੱਚ ਪੜ੍ਹੀਆਂ ਨੇ। ਅਜੀਤ ਅਖਬਾਰ ਦੀ ਇੱਕ ਖਬਰ ਮੁਤਾਬਕ ਪੰਜਾਬ ਵਿੱਚ ਪਿਛਲੇ 3 ਸਾਲਾਂ 'ਚ 26,500 ਵਿਦਿਆਰਥੀ ਯੁਵਕ ਵਰਗ ਆਤਮ ਹੱਤਿਆਵਾਂ ਕਰ ਗਏ। 3 ਸਾਲਾਂ 'ਚ 26,500, ਭਾਵ ਅੰਦਾਜ਼ਾ ਐਵਰੇਜ 1 ਘੰਟੇ ਵਿੱਚ 1 ਵਿਦਿਆਰਥੀ ਵੱਲੋਂ ਆਤਮ ਹੱਤਿਆ ਭਾਰਤ ਵਿੱਚ ਕੀਤੀ ਜਾ ਰਹੀ ਹੈ। ਇੱਕ ਬੜਾ ਵੱਡਾ ਰੈੱਡ ਅਲਰਟ ਹੈ ਸਾਡੇ ਭਵਿੱਖ ਲਈ, ਕਿਉਂਕਿ ਯੁਵਕ ਸਾਡਾ ਭਵਿੱਖ ਨੇ, ਇਹ ਕੱਲ੍ਹ ਦੇ ਵਾਰਸ ਨੇ, ਇਹ ਦੇਸ਼ ਦੇ ਨਿਰਮਾਤਾ ਨੇ। ਇਹ ਜੇ ਇਹ ਸੁਸਾਈਡ ਵਾਲੇ ਰਾਹ 'ਤੇ ਤੁਰ ਪਿਆ ਤਾਂ ਸਾਡਾ ਸਮਾਜ ਦਾ ਅਗਲਾ ਭਵਿੱਖ ਕੀ ਹੈ? ਸਾਡੇ ਮਰਨ ਤੋਂ ਬਾਅਦ ਸਮਾਜ ਕਿੱਦਾਂ ਦਾ ਹੋਏਗਾ? ਇਹ ਗੱਲਾਂ ਜਿਹੜੀਆਂ ਸੋਚਣ ਵਾਲੀਆਂ ਨੇ। ਜੇ ਇਹ ਮਰਨ ਦੇ ਕਾਰਨ ਕੀ ਨੇ? ਜੋ ਮੈਂ ਓਬਜ਼ਰਵ ਕੀਤਾ ਜਾਂ ਐਨਾਲਾਈਜ਼ ਕੀਤਾ, ਜੋ ਮੈਨੂੰ ਸਮਝ ਆਇਆ, ਉਹ ਇਹੀ ਨੇ ਵੀ ਪੇਪਰ ਮਾੜਾ ਹੋਇਆ, ਬੱਚਾ ਐਗਜ਼ਾਮੀਨੇਸ਼ਨ ਹਾਲ 'ਚੋਂ ਬਾਹਰ ਆਇਆ ਅਤੇ ਸੁਸਾਈਡ ਕਰ ਲਿਆ। ਇਹ ਨਹੀਂ ਆ ਵੀ ਰਿਜ਼ਲਟ ਤਾਂ ਉਡੀਕ ਲਵਾਂ। ਜੇ ਪੇਪਰ ਮਾੜਾ ਹੋਇਆ, ਜੇ ਨੰਬਰ ਘੱਟ ਆਉਂਦੇ ਆ, ਜੇ ਸਪਲੀ ਆਉਂਦੀ ਹੈ, ਤਾਂ ਮੈਂ ਬੀਤੇ 'ਤੇ ਝੂੜਨ ਦੀ ਬਜਾਏ, ਤਾਂ ਕਿ ਭਵਿੱਖ ਤੋਪ ਨਾਲ ਡਾਵੇ, ਮੈਂ ਭਵਿੱਖ ਨੂੰ ਫੜ ਲਵਾਂ, ਬੀਤੇ ਕੋਲੋਂ ਸਬਕ ਸਿੱਖ ਲਵਾਂ। ਸਾਡੀ ਜਿਹੜੀ ਪੰਜਾਬ ਦੀ ਕਲਚਰ ਹੈ, ਇਹ ਇੱਥੇ ਕਿਰਤ ਸੱਭਿਆਚਾਰ ਹੈ। ਪੜ੍ਹਾਈ ਕਰਨੀ ਵੀ ਕਿਰਤ ਵਾ। ਮੈਂ ਮਿਹਨਤ ਕਰ ਲਵਾਂ, ਬੀਤੇ ਤੋਂ ਕੁਝ ਸਿੱਖ ਲਵਾਂ, ਅਗਲੇ ਸਾਲ ਮੈਂ 1 ਸਾਲ ਦੀ ਪੇਸ਼ੈਂਸ ਰੱਖ ਲਵਾਂ, ਭਾਣਾ ਮੰਨ ਲਵਾਂ, ਅਗਲੇ ਸਾਲ ਚੰਗੇ ਨੰਬਰ ਲੈ ਕੇ ਆਪਣਾ ਕਰੀਅਰ ਵਧੀਆ ਰਾਹ 'ਤੇ ਤੋੜ ਲਵਾਂ। ਇਹ ਕੀ ਗੱਲ ਬਣੀ ਕਿ ਨੰਬਰ ਘੱਟ ਆਏ, ਸੁਸਾਈਡ ਕਰ ਲਿਆ, ਸਪਲੀ ਆ ਗਈ, ਸੁਸਾਈਡ ਕਰ ਲਿਆ, ਫੇਲ ਹੋ ਗਿਆ, ਸੁਸਾਈਡ ਕਰ ਲਿਆ, ਅਧਿਆਪਕ ਨੇ ਝਿੜਕਿਆ, ਸੁਸਾਈਡ ਕਰ ਲਿਆ। ਅੱਗੇ ਬੱਚੇ ਜ਼ਿਆਦਾ ਹੁੰਦੇ ਸੀ, ਹੁਣ ਬੱਚੇ 1 ਜਾਂ 2 ਹੁੰਦੇ ਨੇ। ਪਾਪਾ ਮੋਟਰਸਾਈਕਲ ਲੈ ਦੋ, ਨਹੀਂ ਤਾਂ ਮੈਂ ਸੁਸਾਈਡ ਕਰ ਲਵਾਂਗਾ। ਅੱਜ ਕੱਲ੍ਹ ਇਮੋਸ਼ਨਲ ਬਲੈਕਮੇਲਿੰਗ ਵੀ ਚੱਲਦੀ ਹੈ। ਜੇ ਪਾਪਾ ਨੇ ਨਹੀਂ ਲੈ ਕੇ ਦਿੱਤਾ ਤਾਂ ਫਿਰ ਸੁਸਾਈਡ ਵੀ ਕਰ ਲਿਆ। ਕੋਈ ਗਰੀਬ ਫੀਸ ਨਹੀਂ ਭਰਨ ਦੇ ਸਮਰੱਥ, ਉਹਨੇ ਸੁਸਾਈਡ ਕਰ ਲਿਆ। ਕੋਈ ਗਲਤ ਸੰਗਤ 'ਚ ਪੈ ਗਿਆ, ਕੋਈ ਖੌਤੀ ਲਵ ਅਫੇਅਰ 'ਚ ਪੈ ਗਿਆ, ਉਹਨੇ ਸੁਸਾਈਡ ਕਰ ਲਿਆ। ਇਹ ਕਿਉਂ ਮਰ ਗਏ ਭਾਈ? ਕੋਈ ਦੱਸੇਗਾ ਇਹਨਾਂ ਦੀ ਕੀ ਮਜਬੂਰੀ ਸੀ? ਇਹਨਾਂ ਨੂੰ ਕਿਹਨਾਂ ਨੇ ਕਿਹਾ ਸੀ ਕਿ ਵੀ ਮਰੋ? ਅਜਿਹਾ ਕੀ ਵਾਪਰ ਗਿਆ ਸੀ ਕਿ ਉਹ ਮਰਨ ਤੋਂ ਪਹਿਲਾਂ ਕੋਈ ਹੱਲ ਨਹੀਂ ਸੀ? ਇਹਨਾਂ ਬੱਚਿਆਂ ਨੇ ਮਿਹਨਤ ਕਿਉਂ ਨਹੀਂ ਕੀਤੀ? ਭਵਿੱਖ ਕਿਉਂ ਨਹੀਂ ਪਕੜਿਆ? 1 ਸਾਲ ਸਖ਼ਤ ਮਿਹਨਤ ਕਿਉਂ ਨਹੀਂ ਸੀ ਕਰ ਸਕਦੇ? ਪੇਸ਼ੈਂਸ ਕਿਉਂ ਨਹੀਂ ਸੀ ਰੱਖ ਸਕਦੇ? ਮਿਹਨਤ ਕਰ ਲੈਂਦੇ, ਅਗਲੇ ਸਾਲ ਚੰਗੇ ਨੰਬਰ ਆ ਜਾਂਦੇ, ਕਰੀਅਰ ਲੀਹ 'ਤੇ ਆ ਜਾਂਦਾ। ਅਸੀਂ
ਕਈ ਵਾਰੀ ਗੱਲ ਕਰਦੇ ਹੁੰਦੇ ਹਾਂ ਇਬਰਾਹਿਮ ਲਿੰਕਨ ਦੀ। ਹੁਣ ਉਹਦੇ ਜਿੰਨਾ ਗਰੀਬ ਤਾਂ ਕੋਈ ਨਹੀਂ ਸੀ, ਉਹ ਤਾਂ ਝੁੱਗੀ 'ਚ ਰਹਿੰਦਾ ਸੀ, ਉਹਦੇ ਘਰ ਤਾਂ ਲਾਈਟ ਨਹੀਂ ਸੀ, ਉਹ ਤਾਂ ਕਿਤਾਬਾਂ ਧਾਰੀਆਂ ਮੰਗ ਕੇ ਪੜ੍ਹਦਾ ਸੀ, ਉਹ ਤਾਂ ਕਿਤਾਬਾਂ ਦਾ ਮੁੱਲ ਤਾਰਨ ਵਾਸਤੇ ਕਈ ਵਾਰੀ ਜਦੋਂ ਕਿਤਾਬ ਗਲ ਗਈ ਮੀਂਹ ਪਿਆ ਤਾਂ ਉਹ ਮਜ਼ਦੂਰੀ ਵੀ ਉਹ ਘਰ ਜਾ ਕੇ ਕਰ ਸਕਦਾ। ਉਹ ਬੰਦਾ ਪੇਪਰ ਤਾਂ ਸਾਲ ਬਾਅਦ ਆ ਜਾਂਦਾ, ਇੱਕ ਵਾਰੀ ਫੇਲ ਹੋ ਗਿਆ ਦੂਜੀ ਵਾਰੀ ਪਾਸ ਹੋ ਜਾਏਗਾ। ਅਮੈਰੀਕਾ ਦੇ ਪ੍ਰੈਜੀਡੈਂਟ ਦੀ ਇਲੈਕਸ਼ਨ 4 ਸਾਲਾਂ ਬਾਅਦ ਆਉਂਦੀ ਹੈ, ਉਹ ਤਾਂ ਹਰ ਵਾਰੀ ਹਾਰਦਾ ਗਿਆ। ਹੁਣ ਤਾਂ ਡਿਸਕਰਸ ਸ਼ਬਦ ਆਪਣੀ ਡਿਕਸ਼ਨਰੀ 'ਚ ਨਹੀਂ ਆਉਣ ਦਿੱਤਾ, ਉਹ ਤਾਂ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ 7 ਵਾਰੀ ਹਾਰ ਗਿਆ, ਉਹ 8ਵੀਂ ਵਾਰੀ ਜਾ ਕੇ ਜਿੱਤਿਆ। 32 ਸਾਲ ਉਹਨੇ ਡਿਸਕਰਸ ਸ਼ਬਦ ਆਪਣੀ ਡਿਕਸ਼ਨਰੀ 'ਚ ਨਹੀਂ ਆਉਣ ਦਿੱਤਾ, ਜਿੱਤ ਗਿਆ ਨਾ ਇੱਕ ਦਿਨ। ਜੇ ਸੁਸਾਈਡ ਕਰ ਲੈਂਦਾ ਜਿੱਤਦਾ ਕਿਵੇਂ? ਭੱਜਣ ਵਾਲੇ ਕਦੇ ਜਿੱਤਦੇ ਨਹੀਂ ਅਤੇ ਜਿੱਤਣ ਵਾਲੇ ਕਦੇ ਭੱਜਦੇ ਨਹੀਂ। ਰੁਕ ਗਿਆ ਸੋ ਮੁੱਕ ਗਿਆ, ਜ਼ਿੰਦਗੀ ਚੱਲਦੇ ਰਹਿਣ ਦਾ ਨਾਂ। ਥੋੜ੍ਹੇ ਹੌਂਸਲੇ ਅਤੇ ਛੋਟੇ ਦਿਲ ਵਾਲੇ ਲੋਕ ਜ਼ਿੰਦਗੀ ਦੀ ਲੰਬੀ ਦੌੜ ਨਹੀਂ ਦੌੜ ਸਕਦੇ। ਜ਼ਿੰਦਗੀ ਚਾਹੀ ਮੁਸੀਬਤ ਅਤੇ ਹੌਂਸਲਾ ਹਾਰ ਪੈਣਾ ਇਹ ਕਾਇਰਤਾ ਵਾ। ਜੇ ਮੈਨੂੰ ਮਾਫ਼ ਕਰ ਦਿਓ, ਸੁਸਾਈਡ ਕਰਨਾ ਕਾਇਰਤਾ। ਜੇ ਕਾਇਰ ਬੰਦਿਆਂ ਦੀ ਪਰਸਨੈਲਿਟੀ ਨਹੀਂ ਹੁੰਦੀ, ਪਰਸਨੈਲਿਟੀ ਨਾਲ ਮਰਨਾ ਸਾਡਾ ਡਰੀਮ ਹੋਣਾ ਚਾਹੀਦਾ। ਸੋ ਲੋੜ ਇਸ ਵੇਲੇ ਇਹ ਹੈਗੀ ਆ ਕਿ ਇੱਕ ਜਿਹੜੇ ਮਾਪੇ ਨੇ ਇਹ ਅਤੇ ਬੱਚਿਆਂ ਦਾ ਜਨਰੇਸ਼ਨ ਗੈਪ ਬਹੁਤ ਵੱਡਾ। ਜਿਸ ਢੰਗ ਨਾਲ ਮਾਪੇ ਸਮਝਾਉਂਦੇ ਨੇ ਬੱਚਿਆਂ ਨੂੰ ਪਸੰਦ ਨਹੀਂ, ਜਿਸ ਢੰਗ ਨਾਲ ਬੱਚੇ ਸਮਝ ਸਕਦੇ ਨੇ ਮਾਪਿਆਂ ਨੂੰ ਸਮਝਾਉਣਾ ਨਹੀਂ ਆਉਂਦਾ। ਅੱਜ ਮਾਪਿਆਂ ਦੀ ਵੀ ਕਾਉਂਸਲਿੰਗ ਦੀ ਲੋੜ ਹੈ ਅਤੇ ਬੱਚਿਆਂ ਦੀ ਵੀ ਕਾਉਂਸਲਿੰਗ ਦੀ ਲੋੜ ਹੈ। ਕਾਉਂਸਲਿੰਗ ਦੇ ਨਾਲ ਨਾਲ ਇੱਕ ਬੱਚਿਆਂ ਦੇ ਇੱਦਾਂ ਦੇ ਪੀਅਰ ਪ੍ਰੈਸ਼ਰ ਵੀ ਨੇ ਵੀ ਉਹਦਾ ਨੰਬਰ ਮੈਨੂੰ ਵੱਧ ਆ ਗਿਆ, ਅੱਧਾ ਉਹਦਾ ਮੈਨੂੰ ਅੱਧਾ ਘੱਟ ਮੇਰਾ ਆ ਗਿਆ, ਮੇਰੇ ਇੰਨੇ ਨਹੀਂ ਆਏ। ਮੈਂ ਸਮਝਦਾ ਇਹ ਪ੍ਰੈਸ਼ਰ 'ਚ ਵੀ ਬੱਚਿਆਂ ਨੂੰ ਕੱਢਣਾ ਚਾਹੀਦਾ। ਕਈ ਵਾਰੀ ਬਹੁਤੇ ਨੰਬਰਾਂ ਵਾਲੇ ਬਹੁਤ ਪਿੱਛੇ ਰਹਿ ਜਾਂਦੇ ਨੇ, ਕਿਉਂਕਿ ਗੱਲ ਇਹ ਨਹੀਂ ਹੈ ਕਿ ਤੁਹਾਡੇ ਨੰਬਰ 99% ਆ ਕਿ 98%। ਤੁਸੀਂ 80-85% ਦੇ ਉੱਪਰ ਲੈਣ ਵਾਲੇ ਹਰ ਬੱਚੇ ਨੂੰ ਗ੍ਰੇਟ ਕਹੋ, ਕਿਉਂਕਿ ਜਦੋਂ ਨੌਕਰੀ ਲੈਣੀ ਹੈ ਨੰਬਰ ਬਾਅਦ 'ਚ ਦੇਖਣੇ, ਉਹ ਦੇਖਣਾ ਤੁਹਾਡੇ ਪੱਲੇ ਕੀ ਹੈ, ਤੁਸੀਂ ਕੰਪਨੀ ਨੂੰ ਕੀ ਦੇਣ ਜੋਗੇ। ਮਤਲਬ ਇਹ ਪ੍ਰੈਸ਼ਰ ਬੱਚਿਆਂ ਦੇ ਵੀ ਘਟਾਉਣੇ ਚਾਹੀਦੇ ਆ, ਬੱਚਿਆਂ ਦੀ ਕਾਉਂਸਲਿੰਗ ਹੋਣੀ ਚਾਹੀਦੀ ਹੈ। ਹੁਣ ਇੱਕ ਐਜੂਕੇਸ਼ਨ ਸੈਕਟਰੀ ਵੱਲੋਂ ਚਿੱਠੀ ਚੱਲ ਗਈ ਸਕੂਲਾਂ ਨੂੰ ਵੀ ਜਿਹੜੇ ਪ੍ਰੋਡਕਟ ਵੇਚਣ ਆਉਂਦੇ ਨੇ, ਜਿਹੜੇ ਆਪਣੇ ਕਾਲਜਾਂ ਦੀ ਐਡ ਕਰਨ ਆਉਂਦੇ ਨੇ ਕਰੀਅਰ ਦੇ ਨਾਂ 'ਤੇ, ਉਹ ਵੜਨਾ ਦਿਓ। ਉਹ ਜਿੱਦਾਂ ਜਿੱਦਾਂ ਪ੍ਰਿੰਸੀਪਲਾਂ ਨੂੰ ਸਮਝ ਆਇਆ, ਉਹਨਾਂ ਨੇ ਹਰ ਤਰ੍ਹਾਂ ਦੀ NGO ਨੂੰ ਰੋਕ ਦਿੱਤਾ। ਜਦੋਂ ਮੈਂ ਚਿੱਠੀ ਪੜ੍ਹੀ ਤਾਂ ਮੈਂ ਪ੍ਰਿੰਸੀਪਲਾਂ ਨਾਲ ਸੰਪਰਕ ਕੀਤਾ, ਮੈਂ ਕਿਹਾ ਜੀ ਅਸੀਂ ਤਾਂ ਬੱਚਿਆਂ ਨੂੰ ਐਜੂਕੇਸ਼ਨ ਦੀ ਵੈਲਿਊ ਦੱਸਣੀ ਹੈ, ਅਸੀਂ ਤਾਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੱਸਣੀਆਂ ਨੇ, ਅਸੀਂ ਤਾਂ ਉਹਨਾਂ ਦਾ ਪੜ੍ਹਾਈ 'ਚ ਮਨ ਲਾਉਣਾ ਵਾ ਤਾਂ ਕਿ ਚੰਗਾ ਕਰੀਅਰ, ਚੰਗੇ ਬੱਚੇ, ਚੰਗਾ ਭਵਿੱਖ ਸਾਡੇ ਦੇਸ਼ ਦਾ ਬਣ ਸਕੇ। ਇਹਦੇ 'ਚ ਤਾਂ ਪ੍ਰੋਡਕਟ ਵੇਚਣ ਦੀ ਗੱਲ ਲਿਖੀ, ਅਸੀਂ ਤਾਂ ਪ੍ਰੋਡਕਟ ਵੇਚਦੇ ਹੀ ਨਹੀਂ। ਸੋ ਜਿਹੜੀਆਂ NGOs ਨੇ ਇਹਨਾਂ ਦੀ ਐਂਟਰੀ ਸਕੂਲਾਂ 'ਚ ਬੰਦ ਨਹੀਂ ਹੋਣੀ ਚਾਹੀਦੀ। ਜਿਹੜੀਆਂ ਵਧੀਆ NGOs ਨੇ ਉਹਨਾਂ ਕੋਲ ਜਿਹੜੇ ਐਕਸਪਰਟ ਫੈਕਲਟੀਜ਼ ਨੇ, ਉਹਨਾਂ ਦੇ ਲੈਕਚਰ ਜਿਹੜੇ ਨੇ ਉਹ ਸਕੂਲਾਂ 'ਚ ਕਰਾਉਣੇ ਚਾਹੀਦੇ ਨੇ। ਜੇ ਤੁਸੀਂ ਨੈਤਿਕਤਾ ਤੋਂ ਬਿਨਾਂ ਐਜੂਕੇਸ਼ਨ ਨੂੰ ਦੇਖੋਗੇ ਤਾਂ 0। ਐਜੂਕੇਸ਼ਨ ਦੇ ਨਾਲ ਵੀ ਕੀ ਹੋਏਗਾ, ਨੌਕਰੀ ਮਿਲੇਗੀ, ਪੈਸਾ ਕਮਾਓਗੇ, ਕੋਠੀ ਹੋਏਗੀ, ਕਾਰ ਹੋਏਗੀ, ਕੋਠੀ 'ਚ ਰਹਿਣਾ ਵੀ ਹੋਣਾ ਚਾਹੀਦਾ, ਕਾਰ 'ਚ ਬਹਿਣਾ ਵੀ ਹੋਣਾ ਚਾਹੀਦਾ, ਨੈਤਿਕਤਾ ਵੀ ਕੋਲ ਹੋਣੀ ਚਾਹੀਦੀ ਹੈ। ਔਰ ਜੇ ਨੈਤਿਕਤਾ ਬੱਚਿਆਂ ਨੂੰ ਸਿਖਾਈ ਜਾਵੇ, ਇਹ ਤਾਂ ਸਰਕਾਰਾਂ ਨੂੰ ਸਕੂਲਾਂ 'ਚ ਕੰਪਲਸਰੀ ਕਰਨਾ ਚਾਹੀਦਾ, ਘੱਟੋ ਘੱਟ NGOs ਨੂੰ ਇਹਨਾਂ ਕੰਮਾਂ ਲਈ ਵੈਲਕਮ ਕਰਨਾ ਚਾਹੀਦਾ। ਹਰ ਸਕੂਲ 'ਚ ਮਹੀਨੇ 'ਚ ਇੱਕ ਅੱਧਾ ਲੈਕਚਰ ਇੱਦਾਂ ਦਾ ਹੋਣਾ ਚਾਹੀਦਾ। ਸੋ ਪੇਰੈਂਟਸ ਦੇ ਵੀ ਜਿਹੜੇ ਆ ਸੈਮੀਨਾਰ ਹੋਣ, ਕਾਉਂਸਲਿੰਗ ਹੋਵੇ, ਬੱਚਿਆਂ ਦੀ ਵੀ ਕਾਉਂਸਲਿੰਗ ਹੋਵੇ, ਅਧਿਆਪਕਾਂ ਦੇ ਜਿਹੜੇ ਸੈਮੀਨਾਰ ਲੱਗਦੇ ਨੇ ਉਹਨਾਂ ਦੇ ਵਿੱਚ ਪੜ੍ਹਾਈ ਦੇ ਆਧੁਨਿਕ ਖੋਜਾਂ ਢੰਗ ਤਰੀਕੇ ਦੱਸਣ ਦੇ ਨਾਲ ਨਾਲ ਉਹਦੇ ਵਿੱਚ ਵੀ ਜਿਹੜੀ ਇੱਦਾਂ ਦੀ ਜਿਹੜੀ ਕਰੀਅਰ ਦੀ ਚੋਰੀ, ਜਿਹੜੀ ਨੈਤਿਕਤਾ ਦੀ ਗੱਲ, ਜਿਹੜੀ ਬੱਚਿਆਂ ਦੀ ਭਵਿੱਖ ਦੀ ਕਾਉਂਸਲਿੰਗ, ਉਹ ਵੀ ਨਾਲ ਨਾਲ ਹੋਣੀ ਚਾਹੀਦੀ ਆ। ਸੋ ਇਹਦੇ ਤੋਂ ਬਿਨਾਂ ਸਾਰਾ ਕੁਝ ਅਧੂਰਾ ਜੇ, ਸੱਖਣਾ ਜੇ, ਥੋਥਾ ਜੇ। ਇਨਕਲਾਬ ਆਏਗਾ, ਜਦੋਂ ਨੈਤਿਕ ਇਨਕਲਾਬ ਆਏਗਾ ਤਾਂ ਸਾਰੇ ਇਨਕਲਾਬ ਆਉਣਗੇ, ਨਹੀਂ ਤਾਂ ਸਾਰੇ ਅਧੂਰੇ ਜੇ, ਜੋ ਮਰਜ਼ੀ ਕਰ ਲਓ। ਐਜੂਕੇਸ਼ਨ ਤਾਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਐਜੂਕੇਸ਼ਨ ਨਾਲ ਤਾਂ ਜੋੜਿਆ, ਸ਼ਬਦ ਗੁਰੂ ਸੁਰ ਤੋਂ ਚੇਲਾ। ਐਜੂਕੇਸ਼ਨ 'ਤੇ ਜਾ ਕੇ ਤਾਂ ਗੱਲ ਸੰਪੂਰਨ ਹੋਈ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗਿਆਨ ਨੂੰ ਗੁਰਗੱਦੀ ਦੇ ਦਿੱਤੀ। ਪੰਜਾਬ ਤਾਂ ਐਜੂਕੇਸ਼ਨ 'ਚ ਦੁਨੀਆਂ ਦੇ ਵਿੱਚ ਇੱਕ ਨੰਬਰ 'ਤੇ ਹੋਣਾ ਚਾਹੀਦਾ ਸੀ, ਇਹ ਤਾਂ ਪੰਜਾਬ ਦੇ ਸੂਬੇ ਸਭ ਤੋਂ ਪਛੜ ਗਿਆ। ਕਿਉਂ ਹਾਲਾਤ ਬਣੇ ਨੇ? ਸਾਡੀਆਂ ਐਜੂਕੇਸ਼ਨ ਪੋਲਸੀਜ਼ ਵੀ ਚੰਗੀਆਂ ਨਹੀਂ। DO ਰਹਿ ਗਏ ਡਾਕੀਆ ਬਣ ਕੇ, ਟੀਚਰ ਰਹਿ ਗਏ ਜਿਹੜੇ ਵੋਟਾਂ ਬਣਾਉਣ ਵਾਸਤੇ, ਸਰਵੇ ਕਰਨ ਵਾਸਤੇ,
ਹੋਰ ਕਲੈਰੀਕਲ ਸਾਰੇ ਚਿੱਠੀਆਂ ਡੀਓ ਦਫ਼ਤਰ ਫੜਾਉਣ ਇੱਧਰ ਉੱਧਰ ਕਰਨ ਵਾਸਤੇ। ਇਹ ਸਾਰੀਆਂ ਦਿਆਨਦਾਰੀ ਨਾਲ ਇਮਾਨਦਾਰੀ ਦੇ ਨਾਲ ਜਿਹੜਾ ਹੈ ਇਹ ਇਹ ਸਰਕਾਰਾਂ ਨੂੰ ਵੀ ਆਪਣੀਆਂ ਨੀਤੀਆਂ ਬਦਲਣ ਦੀ ਲੋੜ ਹੈ, ਮਾਪਿਆਂ ਦੀ ਵੀ ਕਾਉਂਸਲਿੰਗ ਦੀ ਲੋੜ ਹੈ, ਬੱਚਿਆਂ ਨੂੰ ਵੀ ਸੰਭਾਲਣ ਦੀ ਲੋੜ ਹੈ। ਸੋ ਇਹਦੇ ਲਈ ਮੇਰੀ ਸੁਜੈਸ਼ਨ ਇਹ ਆ ਕਿ NGOs ਨੂੰ ਸੁਜੈਸਟ ਜਿਹੜਾ ਉਹ ਵੈਲਕਮ ਕੀਤਾ ਜਾਣਾ ਚਾਹੀਦਾ ਸਕੂਲਾਂ ਦੇ ਵਿੱਚ। ਇੱਕ ਗੱਲ ਜਿਹੜੀ ਮੈਂ ਅਗਲੀ ਕਰਨੀ ਚਾਹੁੰਦਾ ਉਹ ਹੈ ਕਿਸਾਨ ਵੀਰਾਂ ਦੀ। ਮੈਨੂੰ ਮਾਫ਼ ਕਰ ਦਿਓ, ਹਰ ਇੱਕ ਦੀ ਸੋਚ ਆਪੋ ਆਪਣੇ ਢੰਗ ਆ ਸੋਚਣ ਦਾ। ਪਿਛਲੇ ਹੋ ਸਕਦਾ ਕਈ ਗੱਲਾਂ ਨਾਲ ਮੇਰੇ ਨਾਲ ਕਈ ਨਾ ਸਹਿਮਤ ਹੋਣ, ਪਰ ਮਨ ਦੀ ਗੱਲ ਜੋ ਆਤਮਾ ਕਵੇ ਅੰਦਰੋਂ ਬੋਲੇ ਉਹ ਕਹਿ ਦੇਣਾ ਚਾਹੀਦਾ। ਪਿਛਲੇ 3 ਸਾਲਾਂ ਵਿੱਚ ਜੋ ਮੈਂ ਅਖਬਾਰਾਂ ਦੇ ਵਿੱਚੋਂ ਇਕੱਠਾ ਕੀਤਾ, 36,000 ਕਿਸਾਨ ਸੁਸਾਈਡ ਕਰ ਗਿਆ। ਅਤੇ ਸਾਹ ਸਿੰਘ ਜੀ 36,000 3 ਸਾਲ ਮਤਲਬ 36 ਮਹੀਨਿਆਂ 'ਚ, ਇੱਕ ਮਹੀਨੇ 'ਚ 1,000, ਇਹਦੀ ਐਵਰੇਜ ਤੁਸੀਂ ਕੱਢ ਲਓ। ਅੰਦਾਜ਼ਾ ਜਿਹਾ ਮੈਂ ਕੱਢੀ ਨਹੀਂ, ਅੰਦਾਜ਼ਾ ਜਿਹਾ 42-43 ਮਿੰਟ ਦੇ ਵਿੱਚ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਇੱਕ ਕਿਸਾਨ ਜਿਹੜਾ ਐਵਰੇਜ ਹਰ 40-43 ਮਿੰਟ ਦੇ ਵਿੱਚ ਸੁਸਾਈਡ ਕਰ ਰਿਹਾ ਜੀ ਭਾਰਤ ਦੇਸ਼ ਦੇ ਵਿੱਚ। ਕਰਜ਼ਾ ਤਾਂ ਹੋਰ ਬਹੁਤ ਲੋਕਾਂ ਦੇ ਸਿਰ 'ਤੇ ਵੀ ਹੈ, ਉਹ ਮਰਦੇ ਨਹੀਂ, ਕਿਸਾਨ ਮਰਦਾ। ਆਪਾਂ ਗੱਲ ਚੰਗੀ ਤਰ੍ਹਾਂ ਮੰਨਣ ਨੂੰ ਤਿਆਰ ਹਾਂ ਕਿ ਸਰਕਾਰ ਦੀਆਂ ਨੀਤੀਆਂ ਮਾੜੀਆਂ ਨੇ, ਡੀਜ਼ਲ ਬਹੁਤ ਮਹਿੰਗਾ ਹੋ ਗਿਆ, ਕਿਸਾਨ ਕਿੱਥੋਂ ਪਾਣੀ ਦੇਵੇ, ਕਿਸਾਨ ਨੂੰ ਉਹਦੇ ਫਸਲ ਦੇ ਭਾਅ ਵਾਜਬ ਨਹੀਂ ਮਿਲਦੇ, ਦਵਾਈਆਂ ਜਿਹੜੀਆਂ ਖੇਤਾਂ ਨੂੰ ਪਾਈਆਂ ਜਾਂਦੀਆਂ ਉਹ ਜਲਦੀ ਹੁੰਦੀਆਂ ਨੇ ਔਰ ਮਹਿੰਗੀਆਂ ਹੁੰਦੀਆਂ ਨੇ, ਮਾੜੀਆਂ ਹੁੰਦੀਆਂ ਨੇ। ਮੀਂਹ ਜ਼ਿਆਦਾ ਪੈ ਗਿਆ, ਕਦੇ ਗੜੇ ਪੈ ਗਏ, ਕਦੇ ਹੜ੍ਹ ਆ ਗਿਆ, ਕਦੇ ਤੇਜ਼ ਹਵਾ ਨਾਲ ਫਸਲਾਂ ਲੇਟ ਗਈਆਂ, ਇਹ ਰੱਬ ਦੀ ਵੀ ਡਾਢੀ ਮਾਰ ਪੈਂਦੀ ਹੈ। ਇਹ ਸਾਰੀਆਂ ਗੱਲਾਂ ਜੇ ਸਾਡੇ ਵਸਦੀਆਂ ਨਹੀਂ, ਰੱਬ ਦੀ ਮਾਰ ਨੂੰ ਭਾਣਾ ਇਹ ਮੰਨਿਆ ਜਾ ਸਕਦਾ, ਸਰਕਾਰੀ ਨੀਤੀਆਂ ਦੇ ਖਿਲਾਫ ਲੜਿਆ ਜਾ ਸਕਦਾ, ਸੰਘਰਸ਼ ਕੀਤਾ ਜਾ ਸਕਦਾ, ਸੜਕਾਂ 'ਤੇ ਆਇਆ ਜਾ ਸਕਦਾ, ਸ਼ਾਂਤਮਈ ਜੋ ਹੈ ਜੋ ਸਾਡੇ ਦੇਸ਼ ਦੇ ਸੰਵਿਧਾਨ 'ਚ ਜੋ ਆਪਣੀ ਆਵਾਜ਼ ਬੁਲੰਦ ਕਰਨ ਦਾ ਢੰਗ ਤਰੀਕਾ ਉਹ ਅਪਣਾਇਆ ਜਾ ਸਕਦਾ। ਪਰ ਮਾਫ਼ੀ ਦੇਣਾ ਵੀ ਜਿਹੜੀਆਂ ਗੱਲਾਂ ਸਾਡੇ ਵਸਦੀਆਂ ਨੇ ਉਹ ਸਾਨੂੰ ਕਰਨੀਆਂ ਚਾਹੀਦੀਆਂ ਕਿ ਨਹੀਂ, ਉਹ ਗੱਲਾਂ 'ਤੇ ਉਨਾ ਹੀ ਕੰਟਰੋਲ ਕਰ ਲਈਏ, ਉਨਾ ਹੀ ਫਰਕ ਪਾ ਲਈਏ। ਇਹ ਗੱਲ ਕਹਿ ਦੇਣੀ ਕਿ ਕਿਸਾਨਾਂ ਦੇ ਮਗਰ ਪੈ ਗਏ, ਇਹਨਾਂ ਨੂੰ ਕਹੀ ਜਾਂਦੇ ਨੇ ਇਹ ਕਿਉਂ ਮਰਦੇ ਨੇ, ਇਹ ਗੱਲ ਨਹੀਂ ਹੈ। ਗੱਲ ਇਹ ਆ ਕਿ ਸਾਰੀਆਂ ਜਾਤੀਆਂ ਧੱਕੇ ਜਿਹੜੇ ਨੇ ਉਹਦੇ ਲਈ ਅਸੀਂ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਾਂ, ਮਨ ਕਰਕੇ ਤਨ ਕਰਕੇ। ਅਸੀਂ ਸੜਕ ਬਣਾਉਣ ਜੋਗੇ ਨਹੀਂ, ਸੜਕ 'ਤੇ ਪਿਆ ਰੋੜਾ ਚੱਕ ਕੇ ਪਾਸੇ ਕਰਨ ਜੋਗੇ ਜ਼ਰੂਰ ਹੈਗੇ ਹਾਂ, ਕੰਡਾ ਚੱਕ ਕੇ ਪਾਸੇ ਕਰਨ ਜੋਗੇ ਜ਼ਰੂਰ ਹੈਗੇ ਹਾਂ। ਕੁਝ ਗੱਲਾਂ ਜਿਹੜੀਆਂ ਕਿਸਾਨਾਂ ਦੇ ਵਸਦੀਆਂ ਨੇ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ। ਜੇ ਮੇਰੇ ਕੋਲ 1 ਏਕੜ ਜ਼ਮੀਨ ਹੈ, ਕੀ ਜ਼ਰੂਰੀ ਹੈ ਮੈਂ ਸਟੇਟਸ 'ਤੇ ਟਰੈਕਟਰ ਨੂੰ ਪੁੱਤ ਕਹਿ ਕੇ ਅਤੇ ਕਰਜ਼ਾ ਚੱਕ ਕੇ ਆਪਣੇ ਘਰ ਦੇ ਵਿਹੜੇ 'ਚ ਖੜ੍ਹਾ ਕਰਾਂ? 1 ਏਕੜ ਜ਼ਮੀਨ ਨੂੰ ਵਾਹੁਣ ਵਾਸਤੇ ਹਫ਼ਤੇ 'ਚ 1 ਦਿਨ ਟਰੈਕਟਰ ਚੱਲੇਗਾ ਅਤੇ 5 ਦਿਨ ਘਰੇ ਖੜ੍ਹੇਗਾ, ਤੋ ਕਿਸ਼ਤ ਕਿੱਥੋਂ ਲਾਏਗਾ? ਜੇ ਹਫ਼ਤੇ 'ਚ 1 ਦਿਨ ਟਰੈਕਟਰ ਚੱਲਣਾ, 6 ਦਿਨ ਉਹਨੇ ਘਰੇ ਖੜ੍ਹਨਾ, ਕਿਉਂ ਨਾ ਮੈਂ ਸਮਝਦਾਰੀ ਤੋਂ ਕੰਮ ਲਵਾਂ? ਆਪਣੇ ਹਮ ਰੁਤਬਾ ਆਪਣੇ ਬਰਾਬਰ ਜ਼ਮੀਨ ਘੱਟ ਜ਼ਮੀਨਾਂ ਵਾਲੇ 4-5 ਕਿਸਾਨ ਰਲ ਕੇ ਇੱਕ ਆਪਣੀ ਪ੍ਰਾਈਵੇਟ ਸੁਸਾਇਟੀ ਬਣਾ ਲੈਣ, ਉਹਦੇ ਨਾਂ 'ਤੇ ਸਾਂਝਾ ਟਰੈਕਟਰ ਲੈ ਲੈਣ, ਕਿਸ਼ਤਾਂ 5 ਭਾਗਾਂ 'ਚ ਵੰਡੀਆਂ ਜਾਣਗੀਆਂ, ਇੰਸ਼ੋਰੈਂਸ 5 ਭਾਗਾਂ 'ਚ ਵੰਡੀ ਜਾਏਗੀ, ਰਿਪੇਅਰ ਸਰਵਿਸ 5 ਭਾਗਾਂ 'ਚ ਵੰਡੀ ਜਾਏਗੀ। ਜਿੱਦਾਂ ਪਾਣੀ ਨਹਿਰੀ ਪਾਣੀ ਦੀ ਵਾਰੀ ਆਉਂਦੀ ਆ, ਟਰੈਕਟਰ ਵਾਹੁਣ ਦੀ ਵਾਰੀ ਬੰਨ ਲਓ, 1 ਦਿਨ ਮੈਂ, ਕੱਲ੍ਹ ਤੂੰ, ਪਰਸੋਂ ਤੀਜਾ, ਚੌਥ ਨੂੰ ਚੌਥਾ, ਪਜੌਥ ਨੂੰ ਪੰਜਵਾਂ, 6ਵੇਂ ਦਿਨ ਫਿਰ ਮੇਰੀ ਵਾਰੀ। ਔਰ ਜਿਹਨੇ ਚਲਾਉਣਾ ਉਹ ਤੇਲ ਪਾ ਲਵੇ, ਤੁਹਾਡਾ 5/6 ਹਿੱਸਾ ਖਰਚਾ ਰਹਿ ਜਾਂਦਾ। ਇੱਦਾਂ ਦਾ ਕੰਮ ਅਸੀਂ ਕਿਉਂ ਜਾਂ ਕਰਨ ਨੂੰ ਤਿਆਰ ਨਹੀਂ ਜਾਂ ਸਾਨੂੰ ਸਮਝ ਨਹੀਂ। ਇੱਕ ਹੋਰ ਗੱਲ, ਇਹ ਕਹਿਣਾ ਕਿ ਇਹ ਮੇਰਾ ਪੁੱਤ ਆ, ਹੁਣ ਪੁੱਤ ਕਹਿ ਕੇ ਉਹਨੂੰ ਘਰ ਖੜ੍ਹਾ ਕਰ ਲੈਣਾ, ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਸਮਝਦਾਰੀ ਹੈ।
ਕੀ ਕਈ ਵਾਰੀ ਕਿਸਾਨ ਵੀਰ ਟਰੈਕਟਰ ਲਈ ਕਰਜ਼ਾ ਲੈ ਕੇ ਮੁੜ ਕੇ ਉਹਨੂੰ ਧੀਆਂ ਦੇ ਵਿਆਹ 'ਤੇ ਪੈਸੇ ਨਹੀਂ ਲਾਉਂਦੇ? ਕੀ ਵਿਆਹ ਸਾਦਾ ਨਹੀਂ ਕੀਤਾ ਜਾ ਸਕਦਾ? ਕੀ ਜ਼ਰੂਰੀ ਹੈ ਕਿ ਜੇ ਮੇਰੀ ਜ਼ਮੀਨ 20 ਮਰੱਬੇ ਆ ਤਾਂ ਮੈਂ 40 ਮਰੱਬਿਆਂ ਦੇ ਮਾਲਕ ਦੇ ਨਾਲ ਹੀ ਆਪਣੀ ਧੀ ਵਿਆਹਣੀ ਹੈ? ਕਿਉਂ ਨਹੀਂ ਆਪਣਾ ਸਟੇਟਸ, ਆਪਣਾ ਲੈਵਲ, ਆਪਣੇ ਬਰਾਬਰ ਜ਼ਮੀਨ ਵਾਲੇ ਦੇ ਨਾਲ ਆਪਾਂ ਧੀ ਦਾ ਰਿਸ਼ਤਾ ਕਰੀਏ? ਦੇਖੋ, ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਆਪਣੀ ਬੇਟੀ ਦਾ ਰਿਸ਼ਤਾ ਘੁੰਗਣੀਆਂ ਵੇਚਣ ਵਾਲਿਆਂ ਦੇ ਨਾਲ ਕਰ ਦਿੱਤਾ, ਪਰ ਮੇਰੇ ਗੁਰੂ ਜੀ ਤਾਂ ਬੜੇ ਸਮਰੱਥ ਸੀ, ਸਮਝਦਾਰ ਸੀ, ਦੁਨੀਆਂ ਨੂੰ ਰਾਹ ਦੇਣ ਵਾਲੇ ਸੀ, ਉਹਨਾਂ ਨੇ ਰਿਸ਼ਤਾ ਕਿਉਂ ਕਰ ਦਿੱਤਾ? ਬਈ ਅਸੀਂ ਰਿਸ਼ਤਾ ਕਰਨ ਲੱਗੇ ਫਿਰ ਦੇਖਣਾ ਵੀ ਇਹਦੇ ਮੁਰੱਬੇ ਕਿੰਨੇ ਆ, ਇਹਦੀ ਜਾਇਦਾਦ ਕਿੰਨੀ ਆ, ਇਹ ਵਿਦੇਸ਼ ਗਿਆ ਕਿ ਨਹੀਂ, ਇਹ ਪੈਸੇ ਇਹਦੀ ਆਮਦਨ ਕਿੰਨੀ ਆ, ਇੰਨੇ ਫਾਰਮ ਹਾਊਸ ਨੇ, ਇੰਨੇ ਟਰੈਕਟਰ ਖੜੇ ਨੇ, ਮੁੰਡਾ ਵਿਦੇਸ਼ ਗਿਆ, ਰਿਸ਼ਤਾ ਕਰ ਦਿਓ। ਮੁੜ ਕੇ ਕਹਿੰਦੇ ਆ ਵੀ ਮੁੰਡਾ ਸ਼ਰਾਬ ਬੜੀ ਪੀਂਦਾ, ਸੜਕਾਂ 'ਤੇ ਡਿੱਗਿਆ ਹੁੰਦਾ, ਦੋਸਤਾਂ ਨਾਲ ਘੁੰਮਣ ਜਾਂਦਾ, ਕਾਲਜਾਂ ਦੇ ਗੇੜੇ ਕੱਢਣ ਜਾਂਦਾ, ਸ਼ਰਾਬ ਪੀ ਕੇ ਡਿੱਗਿਆ ਹੁੰਦਾ, ਕੁੱਤੇ ਮੂੰਹ ਚੜ੍ਹਦੇ ਹੁੰਦੇ ਨੇ, ਧੀ ਦੁਖੀ ਬੜੀ ਹੈ। ਗੁਰੂ ਜੀ ਨੇ ਕਿਉਂ ਕੀਤਾ ਘੁੰਗਣੀਆਂ ਵੇਚਣ ਵਾਲੇ ਦੇ ਨਾਲ ਰਿਸ਼ਤਾ? ਗੁਰੂ ਜੀ ਨੇ ਵੇਖਿਆ ਧਰਮ ਕਿੱਥੇ ਆ। ਹੁਣ ਧਰਮੀ ਜਿਹੜੇ ਅਖਵਾਉਣ ਵਾਲਿਆਂ ਦੇ ਵਰਤਾਰੇ ਪੜ੍ਹਦੇ ਆ ਅਖਬਾਰਾਂ 'ਚ, ਉਹ ਧਰਮ ਨਹੀਂ ਹੈ, ਉਹ ਧਰਮੀ ਮਨੁੱਖ ਨਹੀਂ ਹੈ। ਧਰਮ ਦਾ ਇੱਕ ਅਕੀਦਾ ਵਾ, ਧਰਮ ਨੇਕ ਨੀਤੀ ਹੈ। ਜੇ ਮੈਂ ਗੁਰੂ ਦੇ ਰਾਹ 'ਤੇ ਚੱਲਦਾ ਵਾਂ ਤਾਂ ਇਹੀ ਨੇਕ ਨੀਤੀ ਹੈ, ਨਹੀਂ ਧਰਮ ਹੈ। ਜੇ ਮੈਂ ਦਿਖਾਵਾ ਕਰਦਾ ਚੱਲਦਾ ਹੀ ਨਹੀਂ ਤਾਂ ਮੇਰੇ ਅੰਦਰ ਬਦ ਨੀਤੀ ਹੈ, ਅਤੇ ਧਰਮ ਹੈ। ਜਿਹੜਾ ਧਰਮ ਦੇ ਰਾਹ 'ਤੇ ਚੱਲਣ ਵਾਲਾ ਉਹਦੇ ਘਰ ਧੀ ਜਾਏਗੀ ਅਤੇ ਕਦੇ ਬੁਰੀ ਖਬਰ ਨਹੀਂ ਆਏਗੀ, ਨਾ ਦਾਜ ਦਾ ਡਰ, ਨਾ ਕਰਜ਼ੇ ਚੱਕਣ ਦੀ ਲੋੜ, ਨਾ ਸੁਸਾਈਡ ਦੀਆਂ ਖਬਰਾਂ, ਨਾ ਹੋਰ ਗੱਲਾਂ। ਇੱਕ ਗੱਲ ਮੈਂ ਇੱਥੇ ਸਾਂਝੀ ਕਰਨੀ ਚਾਹੁੰਦਾ, ਕਿਉਂ ਨਾ ਜਿਹੜੇ ਪੈਲਸ ਨੇ, ਜ਼ਰੂਰੀ ਹੈ ਸ਼ਰਾਬ ਵਰਤਾਉਣੀ, ਜ਼ਰੂਰੀ ਹੈ ਡੀਜੇ ਲਾ ਕੇ ਅਤੇ ਇਹ ਸ਼ਰਾਬਾਂ ਪੀਣੀਆਂ, ਇਹ ਜ਼ਰੂਰੀ ਹੈ? ਕੀ ਪੰਜਾਬ ਤੋਂ ਬਾਹਰ ਵੀ ਅਜਿਹਾ ਕੁਝ ਵਾਪਰਦਾ? ਇਹ ਪੰਜਾਬ ਦੇ ਵਿੱਚ ਹੀ ਫੁਕਰਾਪਨ ਕਿਉਂ ਆ ਗਿਆ? ਤੁਸੀਂ ਮੈਨੂੰ ਪੰਜਾਬ ਤੋਂ ਬਾਹਰ ਦੱਸੋ ਕਿੰਨੇ ਪੈਲਸ ਨੇ। ਅਸੀਂ ਕਹਿੰਦੇ ਵੈਸਟਰਨ ਹੋ ਗਏ, ਮਾਡਰਨ ਹੋ ਗਏ, ਐਡਵਾਂਸ ਹੋ ਗਏ, ਹਾਂਜੀ ਦੁਨੀਆਂ ਬਦਲ ਗਈ। ਉਹ ਜਿੱਧਰੋਂ ਦੁਨੀਆਂ ਬਦਲਣ ਦੀਆਂ ਗੱਲਾਂ ਆਉਂਦੀਆਂ ਨੇ, ਤੁਸੀਂ ਯੂਰਪ ਜਾਓ, ਤੁਸੀਂ ਪੱਛਮ ਜਾਓ, ਤੁਸੀਂ ਕੈਨੇਡਾ, ਮੈਂ ਜਾ ਕੇ ਆਇਆ, ਮੈਂ ਯੂਰਪ ਜਾ ਕੇ ਆਇਆ, ਮੈਨੂੰ ਉੱਥੇ ਵਿਆਹਾਂ 'ਚ ਮੈਂ ਸ਼ਾਮਿਲ ਹੋਇਆ, ਮੈਨੂੰ ਤਾਂ ਸਾਰੇ ਵਿਆਹ ਤੋਂ ਗੁਰਦੁਆਰਿਆਂ 'ਚ ਮਿਲੇ ਨੇ, ਮੈਨੂੰ ਤਾਂ ਮਿਲੇ ਨਹੀਂ ਵੀ ਉੱਥੇ ਸਿੱਖਾਂ ਦੇ ਵਿਆਹ ਜਿਹੜੇ ਡੀਜੇ ਲਾ ਕੇ ਪੈਲਸਾਂ ਦੇ ਸ਼ਰਾਬਾਂ ਵੀ ਕਿਉਂ ਵਿਆਹ ਹੁੰਦੇ ਨੇ। ਇਹ ਗੱਲਾਂ ਨੂੰ ਅਸੀਂ ਕਿਉਂ ਸਟੇਟਸ ਬਣਾਉਂਦੇ ਹਾਂ? ਨੱਕ ਦੀ ਗੱਲ ਕਰਦੇ ਆ ਜੀ, ਮੇਰੀ ਨੱਕ ਨਹੀਂ ਰਹਿੰਦੀ, ਸਮਾਜ ਕੀ ਕਹੇਗਾ, ਦੁਨੀਆਂ ਕੀ ਕਹੇਗੀ। ਇੱਕ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ, ਨੱਕ ਦੀ ਗੱਲ ਕਰਦੇ ਹਾਂ। ਡਾਕਟਰ ਸਰਬਜੀਤ ਸਿੰਘ ਰੇਣਕਾ ਜਿਹੜੇ ਸੁਕਿਰਤ ਟਰੱਸਟ ਦੇ ਮੁਖੀ ਨੇ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ 'ਚ ਜਰਨਲਿਜ਼ਮ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਉਹ ਪ੍ਰੋਫੈਸਰ ਨੇ। ਉਹਨਾਂ ਦੀ ਸਿੰਘਣੀ ਇੱਕ ਕਾਲਜ ਦੇ ਵਿੱਚ ਲੈਕਚਰਾਰ ਹੈ, ਉਹਨਾਂ ਦੀ ਇੱਕੋ ਹੀ ਬੇਟੀ ਹੈ। ਉਹ ਲਾਇਕ ਬੇਟੀ ਨੂੰ 50 ਲੱਖ ਦਾ ਵਜ਼ੀਫਾ ਮਿਲਿਆ ਆਕਸਫੋਰਡ ਯੂਨੀਵਰਸਿਟੀ 'ਚੋਂ, ਉਹ ਐਮ ਫਿਲ ਕਰਕੇ ਆਈ, ਇਕਨੋਮਿਕਸ ਦੀ ਉਹਨੇ ਪੜ੍ਹਾਈ ਕੀਤੀ, ਅੱਜ ਕੱਲ੍ਹ ਉਹ ਦਿੱਲੀ ਦੇ ਵਿੱਚ ਹੈ। ਹੁਣ ਪਾਪਾ ਕੋਲ ਵੀ ਪੈਸਾ ਵਾਧੂ, ਮਾਂ ਦਾ ਵੀ ਪੈਸਾ ਵਾਧੂ, ਧੀ ਵੀ ਕੰਮ 'ਤੇ ਲੱਗ ਗਈ, ਅਤੇ ਧੀ ਦਾ ਵਿਆਹ ਕਰਨਾ, ਹੋਰ ਬੱਚਾ ਕੋਈ ਵਿਆਹੁਣਾ ਨਹੀਂ। ਨੱਕ ਤਾਂ ਡਾਕਟਰ ਸਰਬਜੀਤ ਸਿੰਘ ਦੇ ਵੀ ਲੱਗੀ ਹੋਈ ਹੈ ਅਤੇ ਉਹਨਾਂ ਦੀ ਵਾਈਫ ਦੀ ਵੀ ਲੱਗੀ ਹੋਈ ਹੈ। ਉਹਨਾਂ ਨੇ ਸੋਚਿਆ ਹੀ ਨਹੀਂ ਕਿ ਸਾਡੀ ਨੱਕ ਦਾ ਕੀ ਬਣੇਗਾ। ਜਿਹਦੇ ਕੋਲ ਪੈਸਾ ਉਹਨੇ ਵੀ ਸਾਦਾ ਵਿਆਹ ਕੀਤਾ, ਜਿਹਦੇ ਕੋਲ ਪੈਸਾ ਹੈ ਹੀ ਨਹੀਂ ਉਹਦੀ ਮਜਬੂਰੀ ਕੀ ਹੈ ਵੀ ਉਹ ਮੁੜ ਕੇ ਕਰਜ਼ੇ ਵਾਲਿਆਂ ਦੇ ਅੱਗੇ ਦੌੜਾਂ ਕੱਢੇ ਅਤੇ ਸੁਸਾਈਡ ਕਰੇ? ਕੀ ਮਜਬੂਰੀ ਹੈ ਕਿ ਚਾਦਰ ਤੋਂ ਵੱਧ ਪੈਰ ਪਸਾਰੇ ਹੋ, ਗਲਤ ਪਾਸੇ ਪੈਸਾ ਉਜਾੜੇ ਹੋ? ਪਹਿਲਾਂ ਮੈਂ ਰੋਕਾ ਕਰਨਾ, ਫਿਰ ਮੈਂ ਸ਼ਗਨ ਪਾਉਣਾ, ਫਿਰ ਮੈਂ ਰਿੰਗ ਸੈਰੇਮੋਨੀ ਵੀ ਉਸ ਤੋਂ ਪਹਿਲਾਂ ਕਰਨੀ ਆ, ਫਿਰ ਮੈਂ ਲੇਡੀ ਸੰਗੀਤ ਕਰਨਾ, ਫਿਰ ਮੈਂ ਵਿਆਹ ਕਰਨਾ, ਫਿਰ ਮੈਂ ਰਿਸੈਪਸ਼ਨ ਕਰਨੀ, ਫਿਰ ਮੈਂ ਕੁਝ ਹੋਰ ਮਿਲਣੀਆਂ ਕਰਨੀਆਂ। ਇਹ 10 ਵਿਆਹ ਜਿੰਨਾ ਖਰਚਾ, ਇਹ ਕਿੱਥੇ ਲਿਖਿਆ ਵੀ ਕਰਨਾ ਜ਼ਰੂਰੀ ਹੈ? ਇਹ 'ਚ ਤਾਂ ਸਰਕਾਰੀ ਨੀਤੀ ਨਹੀਂ ਆਉਂਦੀ, ਇਹ 'ਚ ਤਾਂ ਫਸਲਾਂ ਦੇ ਭਾਅ ਨਹੀਂ ਆਉਂਦੇ। ਸਰਬਜੀਤ ਸਿੰਘ ਰੇਣਕਾ ਨੇ
ਕੋਈ ਕਾਰਡ ਨਹੀਂ ਵੰਡਿਆ, ਕੋਈ ਡੱਬਾ ਨਹੀਂ ਵੰਡਿਆ, ਉਹਨੇ ਕਾਰਡ ਕੰਪੋਜ਼ ਕੀਤਾ, ਸਭ ਨੂੰ ਵਟਸਐਪ 'ਤੇ ਪਾ ਦਿੱਤਾ, ਬਾਈ ਮੇਰੀ ਧੀ ਦਾ ਵਿਆਹ ਜੇ ਜਸਪਾਲ ਸਿੰਘ ਪਿੰਕੀ ਉਹਨਾਂ ਦੇ ਕੁੜਮ ਬਣੇ ਨੇ, ਪੰਜਾਬ ਯੂਨੀਵਰਸਿਟੀ ਬੈਂਕ 'ਚ ਕਿਰਤ ਕਰਦੇ ਨੇ, ਔਰ ਬੜੀ ਗੁਰਮੁਖ ਰੂਹ ਹੈ, ਉਹਨਾਂ ਦਾ ਬੇਟਾ ਸੀ, ਉਹ ਵੀ ਬੜੀ ਗੁਰਮੁਖ ਰੂਹ ਹੈ, ਉਹਨੇ ਨਹੀਂ ਸੋਚਿਆ ਕਿ ਮੇਰੇ ਫਰੈਂਡਸ ਆਉਣਗੇ ਕੀ ਕਹਿਣਗੇ, ਮੇਰੀ ਨੱਕ ਦਾ ਕੀ ਬਣੇਗਾ, ਕਿਉਂਕਿ ਤੇਰਾ ਵਿਆਹ ਸੀ, ਤੇਰੇ ਪਾਪਾ ਪੈਲਸ ਨਹੀਂ ਕਰ ਸਕੇ, ਕੁੜੀ ਵਾਲੇ ਪੈਲਸ ਨਹੀਂ ਕਰ ਸਕੇ, ਨਹੀਂ ਸੋਚਿਆ, ਜਦ ਅਸੀਂ ਭੰਗੜੇ ਪਾਉਣੇ ਸੀ ਤੁਸੀਂ ਡੀ ਜੇ ਨਹੀਂ ਲਾ ਸਕੇ, ਨਹੀਂ ਸੋਚਿਆ। ਜਿਸ ਮਾਹੌਲ 'ਚ ਪੱਲੇ ਸੀ ਉਸੇ ਮਾਹੌਲ 'ਚ ਜੋ ਫੈਸਲਾ ਕੀਤਾ ਵੱਡਿਆਂ ਨੇ, ਪ੍ਰਵਾਨ ਚੜ੍ਹ ਗਏ, ਔਰ 6 ਤੋਂ 8 ਵਜੇ ਸਵੇਰੇ ਆਨੰਦ ਕਾਰਜ ਆਸਾ ਦੀ ਵਾਰ ਦਾ ਕੀਰਤਨ ਹੋਇਆ ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ, 8 ਤੋਂ 8:15 ਡਾਕਟਰ ਬ੍ਰਿਜਪਾਲ ਸਿੰਘ ਪਟਿਆਲਾ ਨੇ ਲਾਵਾਂ ਦੇ ਜਿਹੜੀ ਸੁਨੇਹੇ ਦਿੱਤੇ, 8:15 ਤੋਂ 9 ਤੱਕ ਆਨੰਦ ਕਾਰਜ ਵੀ ਸਵੇਰੇ ਹੋ ਗਿਆ, 10 ਵਜੇ ਤੱਕ ਸਭਨਾਂ ਨੇ ਪ੍ਰੀਤੀ ਭੋਜਨ ਲੰਗਰ ਵੀ ਛਕ ਲਿਆ, 11 ਵਜੇ ਤੱਕ ਲੜਕੀ ਨੂੰ ਵਿਆਹ ਕੇ ਲੜਕੇ ਵਾਲੇ ਆਪਣੇ ਘਰ ਲੈ ਗਏ, 2:30-2:30 ਵਜੇ ਤੱਕ ਮੁੰਡੇ ਦਾ ਸਿਹਰਾ ਨਹੀਂ ਵੱਜਦਾ, ਉਹ ਭੈਣ ਨਹੀਂ ਤਿਆਰ ਹੋਈ, ਉਹ ਫਲਾਨਾ ਨਹੀਂ ਤਿਆਰ ਹੋਇਆ, ਸਿਹਰਾ ਵੱਜੂ ਕਿੱਦਾਂ, 4 ਵਜੇ ਬਰਾਤ ਜਾਂਦੀ ਹੈ, 6 ਵਜੇ ਸ਼ਾਮ ਨੂੰ ਲਾਵਾਂ ਹੁੰਦੀਆਂ ਨੇ, 11 ਵਜੇ ਰਾਤ ਨੂੰ 12 ਵਜੇ ਬਰਾਤ ਕੇ ਵਾਪਸ ਘਰ ਆਉਂਦੀ ਹੈ ਵਿਆਹ ਕੇ, ਇਹ 11 ਵਜੇ ਦੁਪਹਿਰ ਦੇ ਹੀ 2-3-4 ਘੰਟਿਆਂ 'ਚ ਕੋਈ ਲੜਕੀ ਵਿਆਹ ਕੇ ਆਪਣੇ ਘਰ ਲੈ ਗਏ। ਇਹ ਗੱਲ ਮੈਂ ਇਸ ਕਰਕੇ ਦੱਸਣੀ ਚਾਹੁੰਦਾ ਹਾਂ ਕਿ ਉਹ ਸਰਬਜੀਤ ਸਿੰਘ ਰੇਣਕਾ ਮੈਨੂੰ ਜਦੋਂ ਮਿਲਦੇ ਨੇ, ਉਹਨਾਂ ਨੂੰ ਵੀ ਇਹ ਗੱਲ ਨਹੀਂ ਪਤਾ ਹੋਣੀ ਕਿ ਸਤਨਾਮ ਸਿੰਘ ਉਹਨਾਂ ਦੀ ਨੱਕ ਚੈੱਕ ਕਰਦਾ ਹੁੰਦਾ, ਕਿ ਮੈਂ ਜਦੋਂ ਵੀ ਨੱਕ ਚੈੱਕ ਕਰਦਾ ਮੈਨੂੰ ਹਿੱਲੀ ਨਹੀਂ ਲੱਗੀ, ਗੁਆਚੀ ਨਹੀਂ ਲੱਗੀ, ਪਹਿਲੇ ਨਾਲੋਂ ਸੋਹਣੀ ਲੱਗੀ। ਕਿਸੇ ਨੇ ਨਹੀਂ ਕਿਹਾ ਤੁਸੀਂ ਨੱਕ ਦੀ ਪਰਵਾਹ ਨਹੀਂ ਕੀਤੀ, ਸਭ ਨੇ ਕਿਹਾ ਗ੍ਰੇਟ, ਕਮਾਲ, ਕਿਆ ਬਾਤ, ਤੁਸੀਂ ਹਿੰਮਤ ਕੀਤੀ ਆ ਕਿ ਤੁਸੀਂ ਇਸ ਪਾਸੇ ਨੂੰ ਅੱਗੇ ਤੁਰੇ ਹੋ, ਤੁਸੀਂ ਸਟੈਪ ਚੁੱਕੇ ਆ, ਤੁਸੀਂ ਨਿਸ਼ਚਲ ਸਟਾਰਟ ਕੀਤਾ, ਤੁਸੀਂ ਪਹਿਲ ਕੀਤੀ ਹੈ। ਉਹਨਾਂ ਨੇ ਬੜਾ ਵਧੀਆ ਨਾਰਾ ਦਿੱਤਾ, ਸਾਡੇ ਵਿਆਹ ਸਾਦੇ ਭੋਗ, ਨਾ ਚਿੰਤਾ ਨਾ ਵਿਆਪਣ ਰੋਗ। ਕਹਿੰਦੇ ਇੱਕ ਬੰਦੇ ਦੀ ਮਾਂ ਮਰ ਗਈ, ਸੰਸਕਾਰ ਹੋ ਰਿਹਾ, ਜਦੋਂ ਅੱਗ ਦਿਖਾਈ ਤਾਂ ਪਿੱਛੇ ਖੜ ਗਏ ਵੀ ਇੱਕ ਵਾਰੀ ਅੱਗ ਚੰਗੀ ਤਰ੍ਹਾਂ ਮਗ ਜਾਵੇ, ਤੇ ਇੱਕ ਰਿਸ਼ਤੇਦਾਰ ਆ ਕੇ ਕਹਿਣ ਲੱਗਾ ਵੀ ਭਾਣਾ ਵਾਪਰ ਗਿਆ, ਮਾਂ ਤੁਰ ਗਈ, ਮਾਂ ਤਾਂ ਮਾਂ ਹੁੰਦੀ ਹੈ, ਅਤੇ ਹੁਣ ਫਿਰ ਭੋਗ ਕਦੋਂ ਪਾਉਣਾ, ਅਤੇ ਦੇਖੀ ਜਰਾ ਫਿਰ ਮਾਂ ਲੋਕ ਕੀ ਕਹਿਣਗੇ, ਇਕੱਠ ਵੱਡਾ ਕਰ ਲਈ, ਰਿਸ਼ਤੇਦਾਰਾਂ ਨੂੰ ਕਹਿ ਦੀ ਟਰਾਲੀਆਂ ਭਰ ਕੇ ਲਿਆਓ ਪਿੰਡਾਂ ਵਿੱਚੋਂ ਇਕੱਠੇ ਕਰਕੇ ਬੰਦੇ ਜਨਾਨੀਆਂ, ਜਿਹੜਾ ਵਰਾਇਟੀ ਰੋਟੀ ਛਕਾ ਦੀ ਜਰਾ ਚੰਗੇ ਪਦਾਰਥ ਬਣਾ ਲਈ। ਉਹ ਕਹਿੰਦਾ ਵੀ ਯਾਰ ਮੈਂ ਤਾਂ ਗਰੀਬ ਬੜਾ, ਕਹਿੰਦਾ ਮਾਂ 2 ਵਾਰ ਨਹੀਂ ਮਰਨੀ, ਨੱਕ ਦਾ ਵੀ ਸਵਾਲ ਹੈ। ਉਹ ਬੰਦਾ ਕਹਿ ਕੇ ਤੁਰ ਗਿਆ, ਉਹਨੂੰ ਪੁੱਛਿਆ ਵੀ ਭਾਈ ਇਹ ਕੌਣ ਹੈ, ਕਹਿੰਦਾ ਮੇਰਾ ਰਿਸ਼ਤੇਦਾਰ ਹੈ। ਅੱਛਾ, ਜੇ ਕਰਜ਼ਾ ਚੱਕ ਕੇ ਵੱਡਾ ਇਕੱਠ ਕਰਕੇ ਵੱਡੇ ਪਕਵਾਨ ਖਵਾ ਤੇ, ਅਤੇ ਜੇ ਕਰਜ਼ਾ ਨਾ ਲਾ ਹੋਇਆ ਤਾਂ ਪੁਲਿਸ ਵਾਲੇ ਮਗਰ ਦੌੜਨਗੇ, ਫਿਰ ਨਾ ਕਰੂ, ਜਾਂ ਫਿਰ ਜੇ ਜ਼ਹਿਰ ਪੀ ਕੇ ਮਰਨ ਦੀ ਵਾਰੀ ਆ ਗਈ ਫਿਰ ਨਾ ਕਰੂ, ਪਿੱਛੇ ਬੱਚੇ ਪਰਿਵਾਰ ਦਾ ਕੀ ਬਣੂ, ਕੀ ਜਦੋਂ ਪੁਲਿਸ ਤੇਰੇ ਪਿੱਛੇ ਦੌੜੇਗੀ ਕਰਜ਼ੇ ਲੈਣ ਲਈ, ਕੀ ਇਹ ਬੰਦਾ ਤੇਰੀ ਨੱਕ ਦੀ ਪਰਵਾਹ ਕਰੇਗਾ, ਕੀ ਤੇਰਾ ਕਰਜ਼ਾ ਮੋੜੇਗਾ? ਕਹਿੰਦਾ ਜੀ ਕੌਣ ਕਿਸੇ ਨੂੰ ਦਿੰਦਾ, ਕੋਈ 50 ਰੁਪਏ ਦੇ ਕੇ ਰਾਜੀ ਨਹੀਂ। ਅਤੇ ਫਿਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਲ, ਤੂੰ ਪਰਵਾਹ ਕਿਉਂ ਕਰਦਾ ਦੁਨੀਆ ਦੀ, ਭਾਈ ਤੂੰ ਆਪਣੀ ਮਾਂ ਦੇ ਵਿਆਹ 'ਤੇ ਦਾਲ ਬਣਾ ਲਈ, ਫੁਲਕੇ ਲਾ ਲਈ, ਜਿੰਨੀ ਸੰਗਤ ਆਉਂਦੀ ਆ ਮਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ, ਪਰਿਵਾਰ ਦੀ ਭਾਣਾ ਮੰਨਣ ਲਈ, ਅਰਦਾਸ ਕਰਨ ਲਈ, ਉਹਨਾਂ ਦਾ ਸ਼ੁਕਰਾਨਾ ਕਰ ਦਈ ਅਤੇ ਦਾਲ ਫੁਲਕਾ ਸੁਕਾ ਕੇ ਤੋੜ ਦਈ? ਕੋਈ ਘੱਟ ਬੁੱਧੀ ਵਾਲਾ, ਘੱਟ ਮੱਤ ਵਾਲਾ ਬੰਦਾ ਕਹੇਗਾ ਵੀ ਯਾਰ ਇਹ ਤਾਂ ਮਰ ਗਿਆ, ਇਹ ਤਾਂ ਮਾਂ ਦੇ ਵਿਆਹ ਦੇ ਵੱਡੇ ਪਕਵਾਨ ਨਹੀਂ ਖਵਾ ਸਕਿਆ? ਉਹ ਕਹਿ ਕੇ ਤੁਰ ਜਾਏਗਾ, ਤੇਰੀ ਨੱਕ ਨੂੰ ਕੁਝ ਨਹੀਂ ਹੋਣਾ। ਜੇ ਕਰਜ਼ਾ ਚੱਕ ਲਿਆ ਅਤੇ ਉਤਰਨਾ ਨਹੀਂ, ਫਿਰ ਤੇਰੀ ਨੱਕ ਨਹੀਂ ਰਹਿਣੀ, ਤੂੰ ਭਾਣੇ 'ਚ ਵਿਚਰ, ਕੀ ਪਤਾ ਗਾਂ ਤੇਰੇ ਬੱਚਿਆਂ ਨੂੰ ਜਾਂ ਪੋਤਿਆਂ ਨੂੰ ਜਾਂ ਅਗਲੀ ਪੀੜ੍ਹੀਆਂ 'ਤੇ ਕੋਈ ਗੁਰ ਕਿਰਪਾ ਕਰ ਦੇਵੇ, ਮਿਹਨਤ ਕਰਕੇ ਅੱਗੇ ਵੱਧ ਜਾਣ, ਪਰ ਤੂੰ ਜਿੰਨੀ ਚਾਦਰ ਹੈਗੀ ਆ ਉਨੇ ਪੈਰ ਪਸਾਰੀ, ਅਤੇ ਜੇ ਪੈਰ ਵੱਧ ਪਸਾਰ ਲਏ ਫਿਰ ਕੰਮ ਔਖਾ ਹੋ ਜਾਣਾ। ਫਜ਼ੂਲ ਖਰਚੀਆਂ ਆਪਾਂ ਘਟਾਈਏ, ਸਟੇਟਸ ਫਜ਼ੂਲ ਖਰਚੀ ਅਤੇ ਫਜ਼ੂਲ ਰੀਤੀ ਰਿਵਾਜ਼ਾਂ ਨਾਲ ਇਹ ਨਹੀਂ ਬਣਦੇ ਸਟੇਟਸ। ਸਟੇਟਸ ਬਣਦੇ ਨੇ ਸ਼ਖਸੀਅਤ ਤੁਹਾਡੀ, ਪਰਸਨੈਲਿਟੀ ਤੁਹਾਡੀ, ਮਿਹਨਤ ਤੁਹਾਡੀ, ਸਾਦਾਪੁਣਾ ਤੁਹਾਡਾ, ਅਤੇ ਚੱਦਰ ਦੇਖ ਕੇ ਪੈਰ ਪਸਾਰਨ ਵਾਲੀ ਸਿਆਣਪ ਤੁਹਾਡੀ,
ਇਹਦੇ ਨਾਲ ਬਣਦੀ ਹੈ। ਡਾਕਟਰ ਸਾਹਿਬ ਸਿੰਘ ਨਾਮ ਸੁਣਿਆ ਹੋਏਗਾ, ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਲਿਖੇ ਆ 10 ਕਿਤਾਬਾਂ ਚ ਗੁਰੂ ਗ੍ਰੰਥ ਦਰਪਣ। ਇਹ ਵੀ ਗਰੀਬ ਸੀਗਾ, ਇਹਨੇ ਕਰਜ਼ੇ ਚੱਕ ਕੇ ਪੜ੍ਹਾਈ ਕੀਤੀ ਸੀ ਤੇ 9ਵੀਂ ਚ ਪੜ੍ਹਦਿਆਂ ਅੰਮ੍ਰਿਤਸਰ ਕੇ ਸਾਹਿਬ ਸਿੰਘ ਬਣਿਆ ਸੀ। ਇਹਦੇ ਜਿੰਨਾ ਗਰੀਬ ਕੌਣ ਹੋਏਗਾ ਫਿਰ? ਇਹ ਤਾਂ ਸਿਆਲਕੋਟ ਪੋਸਟਮੈਨ ਲਈ ਇੰਟਰਵਿਊ ਦੇਣ ਜਾਣਾ ਸੀ, 72 ਕਿਲੋਮੀਟਰ ਘਰੋਂ ਦੂਰ ਸੀ ਇਹਦੇ ਕੋਲ, ਤਾਂ ਇਹ ਤਾਂ ਪੈਦਲ ਤੁਰ ਪਿਆ ਸੀ, ਜੁੱਤੀ ਟੁੱਟ ਗਈ ਸੀ ਰਾਹ 'ਚ, ਤਾਂ ਨੰਗੇ ਪੈਰੀ ਤੁਰਦਿਆਂ ਸਾਲੇ ਪੈ ਗਏ ਸੀ ਇਹਦੇ। ਪਰ ਜਦੋਂ ਇਹਨੂੰ ਨੌਕਰੀ ਮਿਲ ਵੀ ਗਈ ਤੇ ਇਹਨੇ ਸੋਚਿਆ ਕਿ 10 ਜਮਾਤਾਂ ਪੜ੍ਹ ਕੇ ਵੱਡੀ ਨੌਕਰੀ ਮਿਲਣੀ ਨਹੀਂ, ਕਰਜ਼ੇ ਕਿੱਦਾਂ ਲਾਵਾਂਗਾ, ਬੱਚੇ ਕਿੱਦਾਂ ਪੜ੍ਹਾਵਾਂਗਾ, ਇਹਨੇ ਨਹੀਂ ਕੀਤਾ ਸੁਸਾਈਡ, ਇਹਨੇ ਸੋਚਿਆ ਕਿ ਮੈਂ ਨੌਕਰੀ ਛੱਡ ਕੇ ਕਰਜ਼ਾ ਹੋਰ ਚੱਕ ਕੇ ਪੜ੍ਹ ਲਵਾਂ। ਡੀਲਿਟ ਕਰ ਗਿਆ, ਕਰਜ਼ੇ ਉਤਰ ਗਏ। ਅੱਜ ਦੀਆਂ ਪੀੜ੍ਹੀਆਂ, ਡਾਕਟਰ ਦਲਜੀਤ ਸਿੰਘ ਵਰਲਡ ਫੇਮਸ ਆਈ ਸਰਜਨ ਅੰਮ੍ਰਿਤਸਰ ਵਾਲਾ, ਜਿਹਨਾਂ ਦੀ ਡੈਥ ਹੋ ਗਈ ਹੁਣ ਪਿੱਛੇ ਜੇ, ਇਹਨਾਂ ਦਾ ਬੇਟਾ ਡਾਕਟਰ ਹਰਸਿੰਦਰ ਕੌਰ ਪਟਿਆਲਾ, ਪੌਣੀ ਦੁਨੀਆਂ ਵਿੱਚ ਜਾ ਕੇ ਚਾਈਲਡ ਸਾਈਕਾਲੋਜੀ, ਹੈਲਥ ਭਰੂਣ ਹੱਤਿਆ, ਵਿਮਨ ਕ੍ਰਾਈਮ ਤੇ ਲੈਕਚਰ ਦੇਣ ਵਾਲੀ, ਇਹਨਾਂ ਦੀ ਦੋਹਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੱਕ ਵਾਈਸ ਚਾਂਸਲਰ ਡਾਕਟਰ ਜੈ ਰੂਪ ਸਿੰਘ ਇਹਨਾਂ ਦਾ ਦੋਹਤਾ ਹੈ। ਬੰਦੇ ਨੇ ਮਿਹਨਤ ਕੀਤੀ, ਅੱਜ ਪੀੜ੍ਹੀਆਂ ਕਿੱਥੇ ਪਹੁੰਚ ਗਈਆਂ? ਭਾਈ ਜਿਹੜੀਆਂ ਗੱਲਾਂ ਸਾਡੇ ਵੱਸਦੀਆਂ ਨੇ ਉਹ ਆਪਾਂ ਕਰ ਲਈਏ, ਉਹ ਤਾਂ ਆਪਾਂ ਕਰ ਸਕਦੇ ਹਾਂ ਨਾ। ਦੇਖੋ ਜਿਹੜੀ ਸਰਕਾਰ ਦੀ ਗੱਲ, ਜੇ ਸਾਡਾ ਅੰਨਦਾਤਾ ਮਰ ਗਿਆ, ਦਾਤਾ ਤਾਂ ਰੱਬ ਹੁੰਦਾ, ਅਤੇ ਇਹਨੂੰ ਰੱਬ ਦੇ ਬਰਾਬਰ ਦਿੱਤਾ ਨਾਮ ਅੰਨਦਾਤਾ, ਅਤੇ ਜੇ ਦਾਤਾ ਹੀ ਮਰ ਗਿਆ ਤਾਂ ਅੰਨ ਦਊ ਕੌਣ? ਕਿਸਾਨਾਂ ਨੂੰ ਵੀ ਚਾਹੀਦਾ ਵਾ ਕਿ ਉਹ ਕਿਸਾਨ ਭਰਾਵਾਂ ਵੱਲ ਸੁਖਾਲੀ ਨਿਗਾਹ ਰੱਖਣ, ਇਹਨਾਂ ਨੂੰ 0% ਵਿਆਜ 'ਤੇ, ਚਲੋ ਪਹਿਲਾਂ ਕਰਜ਼ੇ ਮਾਫ਼ ਕਰਨ ਦੀ ਗੱਲ ਚੱਲ ਰਹੀ ਹੈ, ਭਈ ਇਹਨਾਂ ਦੇ ਜਿਹੜੇ ਡੀਜ਼ਲ ਦੇ ਭਾਅ 'ਤੇ ਕੋਈ ਸਬਸਿਡੀ ਹੋਵੇ, ਇਹਨਾਂ ਦੀਆਂ ਖਾਦਾਂ ਜਿਹੜੀਆਂ ਸਸਤੀਆਂ ਹੋਣ, ਜਿੰਨੀ ਕੁ ਇਨਪੁੱਟ ਖਰਚਾ ਇਹਨਾਂ ਦਾ ਹੁੰਦਾ ਫਸਲ 'ਤੇ, ਇਹਨਾਂ ਦਾ ਆਪ ਵੀ ਤਾਂ ਰੋਟੀ ਖਾਣੀ ਆ, ਕੱਪੜੇ ਪਾਉਣੇ ਨੇ, ਪਰਿਵਾਰ ਪਾਲਣਾ, ਕੁੱਲੀ ਗੁੱਲੀ ਜਿਹੜੀ ਗੁੱਲੀ ਕਹਿੰਦੇ ਹੁੰਦੇ ਆ ਉਹ ਜੁੱਲੀ ਉਹ ਚਾਹੀਦੀ ਹੈ। ਇਹਨਾਂ ਦੇ ਭਾਅ ਵਾਜਬ ਦੇਣ, ਇਹਨਾਂ ਨੂੰ ਧੱਕਾ ਨਾ ਕਰਨ ਸਰਕਾਰਾਂ ਇਹਨਾਂ ਦੇ ਨਾਲ, ਜਾਂ ਇਹਨਾਂ ਨੂੰ ਅਧਿਕਾਰ ਦੇਣ, ਆਪਣੇ ਭਾਅ ਆਪੇ ਨਿਸ਼ਚਿਤ ਕਰੋ, ਇਹਨਾਂ ਦੀਆਂ ਫਸਲਾਂ ਨੂੰ ਮੰਡੀਆਂ 'ਚ ਨਾ ਰੋਲਣ ਦੇਣ, ਅੰਤਰਰਾਸ਼ਟਰੀ ਮੰਡੀਆਂ 'ਚ ਪਹਿਲਾਂ ਤਿਆਰੀ ਰੱਖੋ ਸਾਰੀ। ਇੱਕ ਬੰਦਾ ਇੰਡਸਟਰੀ ਲਾਉਂਦਾ, ਉਹ ਆਪਣੀ ਪ੍ਰੋਡਕਟ ਤਿਆਰ ਕਰਦਾ, ਉਹ ਆਪਣਾ ਰੇਟ ਆਪ ਤੈਅ ਕਰਦਾ, ਉਹ ਬਿਗ ਮਾਰਜਨ ਰੱਖ ਕੇ ਉਹ ਪੈਸਾ ਕਮਾਉਂਦਾ, ਅਮੀਰ ਬਣ ਜਾਂਦਾ। ਅੰਨਦਾਤਾ ਕਿਉਂ ਗਰੀਬ ਦਾ ਗਰੀਬ ਰਹੇ? ਸਰਕਾਰ ਨੂੰ ਆਪਣੀਆਂ ਨੀਤੀਆਂ 'ਤੇ ਜਿਹੜਾ ਉਹ ਮੁੜ ਵਿਚਾਰ ਕਰਨੀ ਚਾਹੀਦੀ ਹੈ। ਪਰ ਜਿਹੜੀਆਂ ਗੱਲਾਂ ਕਿਸਾਨਾਂ ਦੇ ਵੱਸਦੀਆਂ ਨੇ, ਉਹ ਕਿਸਾਨਾਂ ਨੂੰ ਵੀ ਉਹਨਾਂ 'ਤੇ ਅਪਣਾਉਣਾ ਚਾਹੀਦਾ, ਤਾਂ ਜਿਹੜੀ ਗੱਲ ਹੈ ਉਹ ਸਾਂਝੇ ਤੌਰ 'ਤੇ ਅੱਗੇ ਤੁਰੇਗੀ। ਇੱਕ ਪਿੰਡਾਂ ਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਕਿ ਪਿੰਡਾਂ ਦੇ ਵਿੱਚ ਕੁਝ ਇਹੋ ਜਿਹੇ ਸੈਂਟਰ ਸਥਾਪਿਤ ਕੀਤੇ ਜਾਣ ਕਿਸਾਨ ਡਿਵੈਲਪਮੈਂਟ ਦੇ, ਜਿੱਥੇ ਉਹਨਾਂ ਦੀ ਕਿਸਾਨਾਂ ਦੀ ਕਾਉਂਸਲਿੰਗ ਹੋਵੇ, ਜਿੱਥੇ ਉਹਨਾਂ ਨੂੰ, ਜਿੱਦਾਂ ਮੈਂ ਸਾਂਝਾ ਟਰੈਕਟਰ ਲੈਣ ਦੀ ਗੱਲ ਕੀਤੀ, ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸਮਝਾਈਆਂ ਜਾਣ, ਬਹੁਤ ਸਾਰੀਆਂ ਗੱਲਾਂ ਜਿਹੜਾ ਗਿਆਨ ਉਹਨਾਂ ਨੂੰ ਨਹੀਂ ਦਿੱਤਾ ਜਾਵੇ। ਬਹੁਤ ਸਾਰਾ ਜ਼ਰੂਰੀ ਨਹੀਂ ਹੈ ਕਿ ਸ਼ਰਾਬ ਪੀਣੀ ਜ਼ਰੂਰੀ ਹੈ, ਇਹੋ ਜਿਹੀ ਕਾਉਂਸਲਿੰਗ ਵੀ ਹੋਵੇ। ਜਿਹੜੀਆਂ ਐਨ ਜੀ ਓਜ ਨੇ, ਉਹਨਾਂ ਕੋਲ ਜਿਹੜੇ ਫੈਕਲਟੀਜ਼ ਨੇ, ਬਹੁਤ ਫ੍ਰੀ ਸੇਵਾ ਕਰਨ ਨੂੰ ਤਿਆਰ ਨੇ ਸਾਰੇ, ਉਹਨਾਂ ਦੇ ਗੈਸਟ ਲੈਕਚਰ ਰੱਖ ਲਏ ਜਾਣ, ਇਹ ਕਿਉਂਕਿ ਵੱਡੇ ਉਪਰਾਲਿਆਂ ਦੀ ਲੋੜ ਹੈ। ਅਤੇ ਮੈਂ ਪਹਿਲਾਂ ਕਿਹਾ ਵੀ ਅਸੀਂ ਸੜਕ ਨਹੀਂ ਬਣਾ ਸਕਦੇ, ਰੋੜਾ ਚੱਕ ਕੇ ਪਾਸੇ ਕਰ ਸਕਦੇ ਹਾਂ, ਅਸੀਂ ਸਹਿਯੋਗ ਕਰ ਸਕਦੇ ਹਾਂ, ਇੱਦਾਂ ਦੇ ਕਾਰਜ ਜਿਹੜੀਆਂ ਸਰਕਾਰਾਂ ਇਹ ਸ਼ੁਰੂ ਕਰਨ। ਹੁਣ ਦੇਖੋ ਵਿਮਨ ਸੈੱਲ ਜਿਹੜਾ ਹੈ, ਵਿਮਨ ਜਿਹੜਾ ਵੈਲਫੇਅਰ ਕਮਿਸ਼ਨ ਹੈ, ਉਹਦੀ ਚੇਅਰਪਰਸਨ ਨੇ ਹੁਣ ਇਹ ਜਾਰੀ ਕਰ ਦਿੱਤਾ ਨਾ ਨੋਟੀਫਿਕੇਸ਼ਨ ਸਾਰੇ ਡੀਓਜ ਨੂੰ ਵੀ ਲੜਕੀਆਂ ਦੀ ਹਿਫਾਜ਼ਤ ਜਿਹੜੀ ਆ ਇਹ ਮਸਟ ਹੈ, ਅਤੇ ਇਹਦੇ ਲਈ ਬੈਡ ਟੱਚ ਕੀ ਆ ਅਤੇ ਗੁੱਡ ਟੱਚ ਕੀ ਆ ਇਹ ਬੱਚੀਆਂ ਨੂੰ ਦੱਸਣ ਲਈ ਘੱਟੋ ਘੱਟ ਮਹੀਨੇ 'ਚ ਇੱਕ ਵਾਰੀ ਕੋਈ ਐਨ ਜੀ ਓ ਦਾ ਐਕਸਪਰਟ ਫੈਕਲਟੀ ਬੁਲਾ ਕੇ ਲੈਕਚਰ ਕਰਾਏ ਜਾਣ। ਮਤਲਬ ਇਹ ਲੈਕਚਰ ਬੰਦ ਕਰਕੇ ਸਕੂਲਾਂ 'ਚ ਜਾਂ ਇਹ ਗੱਲ ਨਹੀਂ ਬਣਨੀ,
ਤੇ ਜੇ ਇੱਥੇ ਹੋ ਸਕਦਾ ਤਾਂ ਜਿਹੜੇ ਜਿਹੜੇ ਪਿੰਡਾਂ 'ਚ ਕਿਸਾਨਾਂ ਦੀ ਕਾਉਂਸਲਿੰਗ ਦੀ ਤਾਂ ਬੜੀ ਲੋੜ ਹੈ। ਹਾਂਜੀ, ਇਕੱਲਾ ਗਾਉਣ ਨਾਲ ਨਹੀਂ ਗੱਲ ਬਣਨੀ, ਜੱਟ ਮੌਜਾਂ ਕਰਦਾ, ਜੱਟ ਗੋਲੀਆਂ ਚਲਾਉਂਦਾ, ਗੋਲੀਆਂ ਚਲਾਉਣਾ ਇਹ ਫੁਕਰਾਪਾ ਨੇ, ਕਿਹੜੀ ਪਰਸਨੈਲਿਟੀ ਹੈ ਬਈ। ਬਠਿੰਡੇ ਦੇ ਲੋਕਾਂ ਨੂੰ ਬੜਾ ਹਥਿਆਰਾਂ ਦਾ ਸ਼ੌਂਕ ਹੈ ਤਾਂ ਉਹਨੇ ਡਾਂਸਰ ਮਾਰਤੀ ਬਠਿੰਡੇ ਦੇ ਲੋਕਾਂ ਨੇ ਗੋਲੀ ਮਾਰ ਕੇ, ਹੁਸ਼ਿਆਰਪੁਰ ਡੀਜੇ ਲਾ ਕੇ ਨੱਚਦਿਆਂ ਹਵਾਈ ਫਾਇਰਿੰਗ ਚੱਲ ਰਹੀ ਹੈ ਜੀ, ਸਾਡਾ ਸਟੇਟਸ ਆ ਫੁਕਰਾਪਨ। ਉਹ MSC ਦੀ ਲੜਕੀ ਮਰ ਗਈ ਉੱਥੇ। ਕੋਟਕਪੁਰੇ ਸੜਕ 'ਤੇ ਖੇਡਦਾ ਬੱਚਾ ਜਿਹੜਾ ਸੀਗਾ ਉਹਦੇ ਗੋਲੀ ਵੱਜੀ ਕਿਉਂਕਿ ਅੰਦਰ DJ ਵੱਜ ਰਿਹਾ ਸੀ। ਉਹ ਜੀ ਫੁਕਰਾਪਨ ਪਰਸਨੈਲਿਟੀ, ਗੋਲੀਆਂ ਵੱਜ ਚਲਾਓ, ਉਹ ਗੋਲੀ ਪੀਤੀ ਸੀ, ਗੋਲੀ ਪੁੱਠੀ ਚੱਲ ਗਈ, ਬੱਚਾ ਮਰ ਗਿਆ। ਕਿੰਨਾ ਜਿਹੜਾ ਨੁਕਸਾਨ ਸਾਡਾ ਹੋ ਰਿਹਾ, ਕਿਉਂ ਨਾ ਸਾਰੀਆਂ ਗੱਲਾਂ ਦੀ ਲਈ ਕਿਸਾਨਾਂ ਦੀ ਕਾਉਂਸਲਿੰਗ ਹੋਵੇ। ਇਹੋ ਜਿਹੇ ਸੈਂਟਰ ਸਥਾਪਿਤ ਹੋ ਜਾਣ ਪਿੰਡਾਂ 'ਚ, ਭਾਅ ਉਹਨਾਂ ਦੇ ਸਹੀ ਹੋ ਜਾਣ। ਮੈਨੂਫੈਕਚਰਿੰਗ ਕੰਪਨੀ ਜੇ ਵੱਧ ਮੁਨਾਫਾ ਰੱਖ ਸਕਦੀ ਹੈ ਤਾਂ ਕਿਸਾਨ ਕਿਉਂ ਨਹੀਂ ਰੱਖ ਸਕਦੇ? ਕਿਸਾਨਾਂ ਦੀ ਫਸਲ ਕਿਉਂ ਸੜਕਾਂ 'ਤੇ ਰੋਲੇ, ਕਿਉਂ ਆਲੂ ਗੰਢੇ ਸੜਕਾਂ 'ਤੇ ਛੁੱਟਣੇ ਪੈਣ? ਸਰਕਾਰ ਨੂੰ ਵੱਡੀ ਦਿਆਨਦਾਰੀ ਦਿਖਾਉਣੀ ਚਾਹੀਦੀ ਹੈ। ਇਹ ਪੱਖ 'ਚ ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਬੇਨਤੀ ਕਿ ਕਿਸਾਨ ਵੀ ਜਿਹੜੇ ਪੱਖ ਉਹਨਾਂ ਦੇ ਵੱਸਦੇ ਨੇ ਉਹਨਾਂ 'ਤੇ ਜ਼ਰੂਰ ਕੁਝ ਫਜ਼ੂਲ ਚੀਜ਼ਾਂ ਤੋਂ ਲਾਂਭੇ ਰਹਿਣ ਦਾ, ਰੁਝਾਨ ਤੋਂ ਲਾਂਭੇ ਰਹਿਣ ਦਾ, ਘਰ ਆਏ ਕੁੜਮਾਂ ਜਵਾਈ ਭਾਈ ਨੂੰ ਸ਼ਰਾਬ ਪਾਉਣ ਪਿਆਉਣ ਵਰਗੇ ਰੁਝਾਨਾਂ ਤੋਂ ਲਾਂਭੇ ਰਹਿਣ ਦਾ ਜਿਹੜਾ ਉਹ ਪ੍ਰਣ ਕਰਨ। ਵਾਹਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ, ਸਾਰਿਆਂ ਦਾ ਧੰਨਵਾਦ, ਸਰਬੱਤ ਦਾ ਭਲਾ, ਗੁਰੂ ਰਾਖਾ, ਰੱਬ ਰਾਖਾ, ਗੁਲਾਮ ਗੁਰੂ ਦਾ ਸਤਨਾਮ ਸਿੰਘ ਸਲੋਪੁਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।